गल सुन ला मेरी, मैनू हाथ लाने की कोशिश ना कर, समझिया? बे पुत्ता, हाँ जी, तू भी जा रखर पढ़ लिया कर कोई। ओ बेबे, करनी दा आपा खेती हुई आ, किसे चीज दे अपने को थोड़ा। बे मेरी गल सुन ले, आज कल पढ़ाई लिखाई बिना खेती भी नहीं हुंदी, खेती भी पढ़ाई लिखाई ना रहेगी हुण। ओ बेबे, कोई ना, पढ़ लांगे, चार रखरी ने। और पढ़ लिया कर पुत्त, पढ़ाई बिना तो आज कल बंदा कख दा नहीं हैगा। ठीक है, हां तो ए दा लत ठीक है हुण? लत तो ठीक है, बस दवाई लेनी है, केड़ी लत ठीक है। देख ले किन्नी सियानी है अपनी कुड़ी, हुण तां कोई चंगा जिहा जे टिकाणा थे अजे तां मेरा रिश्ता कर दिया। चल लभ लैने फिर। हां कोई गौर च रखी। ठीक है चल बेबे, मैं भी जाना यार। जा भाग जा, टाइम ना मुड़े तू भी, तेरी पढ़ाई तो मेनू यही जो दीदी है। पढ़ाई नहीं करन चला, मैं शहर उंजे चला वा घूमन फिरन। चला देख ला, कोई चंगे काम तक दा ध्यान नहीं, घूमन चले आए तां दस। ਤੁਹਾਨੂੰ ਪਤਾ ਮੈਂ ਆਪਣਾ ਪਿੰਡ ਛੱਡ ਕੇ ਆ ਅੱਡੇ ਤੋਂ ਬੱਸ ਚੜ੍ਹਦੀ ਹਾਂ। ਉਹ ਮੈਂ ਤਾਂ ਆਪ ਤੇਰੇ ਵਾਸਤੇ ਆਪ ਅੱਡੇ ਤੋਂ ਬੱਸ ਚੜ੍ਹਦਾ। ਵੈਸੇ ਵੀ ਕਿਹੜਾ ਤੁਹਾਡੇ ਪਿੰਡ ਬੱਸ ਰੁਕਦੀ ਹੈ? ਮੇਰਾ ਦਿਲ ਕਰਦਾ ਨਾ ਮੈਂ ਤੇਰੇ ਵਾਸਤੇ ਤਾਰੇ ਤੋੜਦਾ। ਉਹੀ ਕਸੀ ਬਿੱਟੀ ਫਿਲਮ ਦੇ ਡਾਇਲੌਗ, ਫਿਰ ਪੱਤੇ ਹੀ ਤੋੜ ਦਿੰਦਾ। ਆ ਲੈ, ਇਹੀ ਉਮੀਦ ਸੀ ਮੈਨੂੰ ਤੇਰੇ ਤੋਂ। ਚੱਲ ਆਪਾਂ ਉੱਥੇ ਬੈਠ ਕੇ ਗੱਲ ਕਰਦੇ ਹਾਂ ਯਾਰ। ਅੱਛਾ ਚੱਲ। ਤੇ ਹੋਰ ਪੜ੍ਹਾਈ ਕਿਵੇਂ ਚੱਲਦੀ ਆ? ਵਧੀਆ ਚੱਲਦੀ ਆ ਪੜ੍ਹਾਈ ਮੇਰੀ, ਤੂੰ ਦੱਸ ਤੇਰੀ ਕਿਵੇਂ ਚੱਲਦੀ ਆ? ਬਸ ਕੀ ਕਰਾਂਗੇ ਪੜ੍ਹ ਕੇ ਯਾਰ, ਨੌਕਰੀ ਤਾਂ ਮਿਲਦੀ ਨਹੀਂ। ਬੇਬੇ ਕਿਵੇਂ ਆ? ਬੇਬੇ ਮੇਰੀ ਵਧੀਆ ਆ, ਪਰ ਸੁਭਾਅ ਬਹੁਤ ਆੜਮ ਆ ਮੇਰੀ ਬੇਬੇ ਦਾ। ਉਹ ਮੈਂ ਪਤਾ ਕੀਤਾ ਸੀ ਬੇਬੇ ਬਾਰੇ, ਉਹ ਟੁੱਟ ਗਿਆ ਯਾਰ। ਓਫੋ, ਚੱਲ ਕੋਈ ਨਾ। ਮੈਂ ਬੇਬੇ ਬਾਰੇ ਪਤਾ ਕੀਤਾ ਸੀ, ਕਹਿੰਦੇ ਬੇਬੇ ਤਾਂ ਲੋਕਾਂ ਨੂੰ ਬਹੁਤ ਪਿਆਰ ਕਰਦੀ ਹੈ, ਪਰ ਜਿਹਦੇ ਨਾਲ ਨਹੀਂ ਬਣਦੀ ਤਾਂ ਨਹੀਂ ਬਣਦੀ, ਇੰਨਾ ਕੁ ਬੰਦਾ ਅੜਬਦਾ ਹੋਣਾ ਚਾਹੀਦਾ ਹੀ ਹੈ। ਹਾਂਜੀ ਅੜਬ ਤਾਂ ਹੋਣਾ ਹੀ ਚਾਹੀਦੀ ਆ। ਚੱਲ ਤੂੰ ਇਹ ਗੱਲਾਂ ਛੱਡ, ਮੈਨੂੰ ਇਹ ਦੱਸ ਵਿਆਹ ਦੀ ਕੀ ਸਲਾਹ ਆ ਤੇਰੀ? ਵਿਆਹ ਦੀ ਸਲਾਹ ਤਾਂ ਤੇਰੇ ਨਾਲ ਹੀ ਹੈ, ਬਾਕੀ 5-6 ਕਿੱਲੇ ਜ਼ਮੀਨ ਦੇ ਆਉਂਦੇ ਨੇ, ਬੇਬੇ ਮੰਨ ਜੂਗੀ? ਹਾਂ ਮੰਨ ਜੂਗੀ, ਤੂੰ ਟੈਨਸ਼ਨ ਨਾ ਲੈ, ਬਸ ਮੇਰੇ ਘਰ ਰਿਸ਼ਤਾ ਭੇਜ ਦੇ। ਭੇਜ ਦੂੰਗਾ, ਅਤੇ ਇਹਨੂੰ ਤੂੰ ਐਵੇਂ ਕਰਕੇ ਰੱਖਿਆ ਕਰ, ਠੀਕ ਆ? ਠੀਕ ਆ, ਪਾਗਲ ਆ ਤੂੰ ਵੀ ਸੱਚੀ। ਕਿੱਥੇ ਆ? ਮੈਂ ਤੈਨੂੰ ਕਦੋਂ ਦੀ ਪੁੱਛੀ ਜਾਂਦੀ ਹਾਂ ਯਾਰ, ਤੈਨੂੰ ਪਤਾ ਤਾਂ ਹੈ ਮੈਂ ਜੈਕ ਨੂੰ ਹੀ ਮਿਲਣਾ ਹੁੰਦਾ ਆ। ਅੱਛਾ, ਪਰ ਯਾਰ ਜਲਦੀ ਕਰੀ, ਤੈਨੂੰ ਪਤਾ ਨਾ ਮੈਨੂੰ ਬਹੁਤ ਡਰ ਲੱਗਦਾ, ਕੋਈ ਵੀ ਦੇਖ ਲੂਗਾ। ਹੁਣ ਬੜੀ ਖੁਸ਼ੀ, ਮੈਂ ਜਲਦੀ ਮਿਲ ਕੇ ਆ ਜੂੰਗੀ, ਬਸ ਤੂੰ ਧਿਆਨ ਰੱਖੀ ਕਿ ਕੋਈ ਆ ਨਾ ਜਾਵੇ। ਚੱਲ ਠੀਕ ਆ, ਆ ਜਾ ਫਿਰ। ਹਾਂਜੀ ਕੀ ਬਣਿਆ? ਫਿਰ ਬਣਨਾ ਕੀ ਸੀ, 2-3 ਦਿਨ ਹੋ ਗਏ ਡੇਲੀ ਕਿਸੇ ਕੋਲ ਜਾਂਦੇ ਹਾਂ, ਵੀ ਰਿਸ਼ਤਾ ਲੈ ਕੇ ਚਲਾ ਜਾਊਗਾ। ਬੇਬੇ ਤੋਂ ਬਾਹਲਾ ਡਰਦੇ ਨੇ, ਕਹਿੰਦੇ ਬੇਬੇ ਦਾ ਸੁਭਾਅ ਬਾਹਲਾ ਉੱਡਦਾ, ਜੇ ਪਤਾ ਲੱਗ ਗਿਆ ਸਿਆਪਾ ਪੈ ਜੂਗਾ। ਯਾਰ ਮੈਨੂੰ ਨਹੀਂ ਪਤਾ, ਮੈਂ ਵਿਆਹ ਤੁਹਾਡੇ ਨਾਲ ਹੀ ਕਰਾਉਣਾ ਆ, ਜੋ ਮਰਜ਼ੀ ਕਰੋ। ਆਪਾਂ ਐਵੇਂ ਕਰ ਲਾਂਗੇ, ਵਿਆਹ ਤੁਸੀਂ ਕਿਸੇ ਹੋਰ ਨਾਲ ਕਰਵਾ ਲਓ, ਪਿਆਰ ਮੈਨੂੰ ਕਰੀ ਜਾਈਆਂ। ਤੁਸੀਂ ਵਿਆਹ ਹੀ ਨਹੀਂ ਕਰਾਉਣਾ ਚਾਹੁੰਦੇ ਮੇਰੇ ਨਾਲ, ਤਾਂ ਹੀ ਇਹ ਬਹਾਨੇ ਭਾਲਦੇ ਹੋ। ਉਹ ਮਜ਼ਾਕ ਕਰਦਾ ਸੀ ਮੈਂ। ਮਜ਼ਾਕ ਸੀ ਇਹ ਬਾਂਦਰ। ਵਿਆਹ ਮੈਂ ਤੇਰੇ ਨਾਲ ਹੀ ਕਰਾਉਣਾ, ਕੋਸ਼ਿਸ਼ ਕਰਦਾ
ਕੋਈ ਵਧੀਆ ਜਿਹਾ ਵਿਚੋਲਾ ਲੱਭ ਜੇ ਫਿਰ ਗੱਲ ਬਣ ਜੂਗੀ। ਜਲਦੀ ਕਰੋ ਯਾਰ, ਮੈਨੂੰ ਤਾਂ ਸੱਚੀ ਟੈਨਸ਼ਨ ਹੋਈ ਪਈ ਆ। ਸਿਮਰ ਜਲਦੀ ਕਰ, ਆਪਾਂ ਲੇਟ ਹੋ ਜਾਵਾਂਗੇ, ਬੱਸ ਲੰਘ ਜੂਗੀ। 2 ਮਿੰਟ ਖੁਸ਼ੀ, ਬਸ ਮੈਂ ਜ਼ਰੂਰੀ ਗੱਲ ਕਰ ਰਹੀ ਸੀ। ਗੱਲ ਸੁਣ ਲੈ ਮੇਰੀ, ਕੰਨ ਖੋਲ ਕੇ, ਮੇਰੇ ਘਰ ਰਿਸ਼ਤਾ ਭੇਜ ਦੇ, ਜੇ ਮੇਰਾ ਕਿਤੇ ਹੋਰ ਵਿਆਹ ਹੋ ਗਿਆ ਨਾ, ਗੋਡਿਆਂ 'ਚ ਸਿਰ ਦੇ ਰੋਏਗਾ। ਹੈਲੋ ਗਾਇਸ, ਇੰਡੀਅਨ ਪ੍ਰੀਮੀਅਰ ਲੀਗ 2022 ਦੇ ਫਾਈਨਲੀ ਮੈਚ ਸਟਾਰਟ ਹੋ ਚੁੱਕੇ ਨੇ। ਮੈਚ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋ ਰਹੇ ਨੇ। ਆਪਾਂ ਕਿੰਨੇ ਟਾਈਮ ਤੋਂ ਇਸ ਗੱਲ ਦਾ ਇੰਤਜ਼ਾਰ ਕਰਦੇ ਸੀ। ਮੈਂ ਥੋੜ੍ਹਾ ਜਿਹਾ ਬਿਜ਼ੀ ਹੋ ਗਿਆ ਸੀ ਮੇਰੀ ਸਪੋਰਟਰ ਟੀਮ ਨੂੰ ਲੈ ਕੇ। ਤੁਹਾਡਾ ਬਹੁਤ ਸਮਾਂ ਨਾ ਬਰਬਾਦ ਕਰਦੇ ਹੋਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪੇ ਵੀ ਜੇਤਾ ਟੀਮ ਨੂੰ ਜੁਆਇਨ ਕਰ ਸਕਦੇ ਹਾਂ। IPL ਦੇ ਇਸ ਮਹੀਨੇ ਬਹੁਤ ਹੀ ਘੈਂਟ ਮੈਚ ਆਉਣ ਲੱਗੇ ਨੇ। ਆਪਾਂ ਨੂੰ ਜਲਦੀ ਪਤਾ ਲੱਗ ਜੂਗਾ ਕਿ ਇਸ ਵਾਰੀ ਕਿਹੜੀ ਟੀਮ ਜਿੱਤੂਗੀ। ਇਸ ਕਰਕੇ ਆਪਾਂ ਹੀ ਭਵਿੱਖਬਾਣੀ ਕਰ ਸਕਦੇ ਹਾਂ ਬਨ ਐਕਸਵੈਟ ਰਾਹੀਂ। ਬਨ ਐਕਸਵੈਟ ਦੇ ਮੇਰੇ ਇੱਕ ਦੋਸਤ ਨੇ ਮੈਨੂੰ ਆਹ ਗੱਲ ਦਾ ਯਕੀਨ ਦਵਾਇਆ ਕਿ ਜਿੱਤੇ ਇਮਾਨਦਾਰੀ ਨਾਲ ਹੋਊਗੀ। ਬਨ ਐਕਸਵੈਟ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿੱਥੇ ਆਪਾਂ ਖੇਡ ਦੇ ਉੱਪਰ ਦਾਅ ਲਾ ਸਕਦੇ ਹਾਂ, ਆਪਾਂ ਖੇਡ ਦੇ ਪ੍ਰਤੀ ਜੋ ਰਿਜ਼ਲਟ ਹੁੰਦੇ ਨੇ ਉਹ ਦੇਖ ਸਕਦੇ ਹਾਂ, ਅਤੇ ਆਪਾਂ ਖੁਦ ਖੇਡ ਕੇ ਇੱਕ ਵੱਡੀ ਜਿੱਤ ਹਾਸਲ ਕਰ ਸਕਦੇ ਹਾਂ। ਮੇਰੇ ਵਿਊਰਸ ਵਾਸਤੇ 26,000 ਰੁਪਇਆ ਫਸਟ ਡਿਪੋਜ਼ਿਟ ਮਿਲੂਗਾ। ਆਪਾਂ ਆਪਣੇ ਜਿੱਤੇ ਹੋਏ ਪੈਸੇ ਨੂੰ ਪੇਟੀਐਮ, ਗੂਗਲ ਪੇ ਜਾਂ ਕਿਸੇ ਵੀ UPI ਰਾਹੀਂ ਵਿਦਡਰਾ ਕਰ ਸਕਦੇ ਹਾਂ। ਮੈਂ ਵੀ ਬਹੁਤ ਟਾਈਮ 'ਤੇ ਪਲੇਟਫਾਰਮ ਯੂਜ਼ ਕਰ ਰਿਹਾ, ਅਤੇ ਤੁਸੀਂ ਵੀ ਯੂਜ਼ ਕਰੋ ਅਤੇ ਆਪਣੀ ਫੇਵਰ ਟੀਮ ਨੂੰ ਸਪੋਰਟ ਕਰੋ। ਕਮੈਂਟਾਂ ਦੇ ਵਿੱਚ ਬਨ ਐਕਸਵੈਟ ਦਾ ਲਿੰਕ, ਪ੍ਰੋਮੋ ਕੋਡ ਅਤੇ ਐਜੂਕੇਸ਼ਨ ਵੀਡੀਓ ਪਿੰਨ ਕੀਤੀ ਗਈ ਹੈ। ਐਜੂਕੇਸ਼ਨ ਵੀਡੀਓ ਦੇ ਲਿੰਕ ਤੋਂ ਤੁਸੀਂ ਸਾਰੀ ਨੌਲੇਜ ਲੈ ਸਕਦੇ ਹੋ। ਮੇਰਾ ਪ੍ਰੋਮੋ ਕੋਡ ਯੂਜ਼ ਕਰਕੇ ਤੁਸੀਂ ਬਹੁਤ ਸਾਰੇ ਪੈਸੇ ਕਮਾਓ, ਇੱਕ ਚੰਗੇ ਕ੍ਰਿਕਟਰ ਲਵਰੋ, ਇਹ ਚੀਜ਼ ਦਿਖਾਓ ਅਤੇ ਆਪਣੀ ਫੇਵਰਟ ਟੀਮ ਨੂੰ ਸਪੋਰਟ ਕਰੋ ਬਨ ਐਕਸਵੈਟ ਕੇ ਸਾਥ। ਯਾਰ ਹੋਣਾ ਕੀ ਆ, ਮੈਂ ਤੈਨੂੰ ਇਹ ਕਿਹਾ ਵੀ ਰਿਸ਼ਤਾ ਭੇਜ ਦੇ, ਨਹੀਂ ਤਾਂ ਮੇਰਾ ਵਿਆਹ ਕਿਤੇ ਹੋਰ ਹੋਜੂ। ਅੱਛਾ ਫਿਰ ਕੀ ਕਹਿੰਦਾ? ਕਹਿੰਦਾ ਭੇਜ ਦਿੰਦਾ ਆ, ਪਤਾ ਨਹੀਂ ਕਦੋਂ ਭੇਜੂਗਾ, ਮੈਨੂੰ ਤਾਂ ਟੈਨਸ਼ਨ ਹੋਈ ਪਈ ਆ। ਚੱਲ ਕੋਈ ਨਾ, ਤੂੰ ਟੈਨਸ਼ਨ ਨਾ ਲੈ। ਸਮਝ ਤੋਂ ਬਾਹਰ ਹੈ ਕੰਮ ਯਾਰ। ਜਾ ਕੇ ਇੱਥੇ ਕੀ ਕਰਦਾ ਹੈ? ਉਹ ਯਾਰ ਇੱਕ ਮੁੰਡੇ ਨੂੰ ਕਿਹਾ ਸੀ ਕਿਸੇ ਮਰਦੇ ਦੇ ਰਿਸ਼ਤਾ ਭੇਜਣਾ, ਇੱਥੇ ਮਿਲਣ ਆਊਗਾ, ਮੋਟਰ 'ਤੇ ਆਇਆ ਨਹੀਂ ਹੈਗਾ। ਮੈਂ ਮੁੰਡਾ ਲੱਭ ਲਿਆ ਇੱਕ। ਅੱਛਾ ਹਾਂ, ਉਹ ਲਾਲਿਆਂ ਦਾ ਢਾਬੇ ਵਾਲਾ। ਅੱਛਾ ਹਾਂ, ਉਹ ਕਰਾਊਗਾ ਰਿਸ਼ਤਾ। ਕਰਵਾ ਦੂ ਪੱਕਾ? ਉਹ ਪੱਕੀ ਗੱਲ ਆ, ਮੈਂ ਹਾਂ ਮੈਂ ਮੁੰਡਾ ਲੱਭਿਆ, ਨਾ ਕਰਾਊਗਾ ਹੋ ਜੂਗਾ। ਹਾਂ ਚਲ ਜੀ ਬੇਬੇ, ਮੰਨ ਜੀ ਉਹਦਾ ਸਵਾਦ ਹੀ ਆ ਜੂਗਾ ਬਾਈ। ਠੀਕ ਹੈ, ਦੇਖਦੀ ਹਾਂ ਹੁਣ। ਹੈਲੋ, ਅੱਛਾ ਹਾਂ, ਸਤਿ ਸ਼੍ਰੀ ਅਕਾਲ। ਠੀਕ ਹੈ, ਗੱਲ ਕਰਨੀ ਸੀ। ਹਾਂ ਦੱਸੋ। ਅੱਛਾ, ਸਿੰਮੀ ਦੇ ਰਿਸ਼ਤੇ ਬਾਰੇ? ਠੀਕ ਹੈ, ਭਲਾ ਮੁੰਡਾ ਪੜ੍ਹਿਆ ਲਿਖਿਆ ਕਿੰਨਾ ਕੁ ਹੈ? ਅੱਛਾ, BA ਕੀਤੀ ਹੋਈ ਹੈ। ਠੀਕ ਹੈ, ਹੋਰ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ? ਪਤਾ ਲੈ ਲਈ ਸਮਾਰ ਕੇ? ਠੀਕ ਹੈ, ਜ਼ਮੀਨ ਜ਼ਮੂਨ ਹੈਗੀ ਹੈ? ਅੱਛਾ ਹੈਗੇ ਨੇ 10-11 ਕਿੱਲੇ, ਫਿਰ ਤਾਂ ਠੀਕ ਹੈ, ਕੋਈ ਨਾ ਫਿਰ ਸਾਡਾ ਰਿਸ਼ਤਾ ਪੱਕਾ। ਹਾਂ ਠੀਕ ਹੈ, ਜ਼ਰੂਰ ਕਰ ਦਿਆਂਗੇ, ਤਾਂ ਕਰਨਾ ਹੀ ਹੈ। ਹਾਂ ਨਾ, ਠੀਕ ਹੈ, ਚੱਲ ਚੰਗਾ ਫਿਰ ਕਰਦੀਆਂ ਗੱਲ। ਕਾਕਾ ਕਿਹਦਾ ਰਿਸ਼ਤਾ ਕਰਾਉਣਾ ਸੀ? ਬਾਈ ਜੀ ਰਿਸ਼ਤਾ ਮੇਰਾ ਕਰਵਾਉਣਾ। ਅੱਛਾ ਅੱਛਾ, ਕਿੱਥੇ ਕਰਵਾਉਣਾ ਸੀ? ਬਾਈ ਨਾਲ ਲੱਗੇ ਪਿੰਡ ਮੁੰਡਾ ਦੀਪ, ਉਹਦੀ ਭੈਣ ਸਿਮਰ ਨਾਲ ਜੀ। ਦੀਪ? ਅੱਛਾ ਅੱਛਾ, ਉਹ ਜਿਨ੍ਹਾਂ ਦੀ ਬੁੜੀ 8 ਵਜੀ ਆ? ਹਾਂਜੀ ਹਾਂਜੀ ਹਾਂਜੀ। ਅੱਛਾ ਮੁੰਡਾ, ਤੂੰ ਕੰਮ ਕੀ ਕਰਨਾ? ਮੈਂ ਜੀ ਵਿਹਲਾ। ਵਿਹਲਾ? ਮੰਮੀ ਡੈਡੀ ਕੀ ਕਰਦੇ ਨੇ? ਉਹ ਵੀ ਵਿਹਲੇ ਨੇ ਜੀ। ਵਿਹਲੇ? ਜ਼ਮੀਨ ਕਿੰਨੀ ਆ ਤੇਰੇ ਕੋਲ? 5 ਕਿੱਲੇ ਜੀ, ਠੇਕੇ ਦੇ ਦਿੰਦੇ ਜੀ। ਅੱਛਾ, ਨਹੀਂ ਫਿਰ ਤੁਹਾਡਾ ਖਰਚਾ ਤਾਂ ਠੇਕੇ 'ਤੇ ਚੱਲਦਾ। ਹਾਂਜੀ ਹਾਂਜੀ। ਅੱਛਾ, ਤੈਨੂੰ ਪਤਾ ਉਹਨਾਂ ਦੀ ਬੁੜੀ ਕਿੰਨਾ ਕੱਬਾ ਸਵਾ ਚੱਕੀ ਫਿਰਦੀ ਹੈ? ਹਾਂਜੀ ਹਾਂਜੀ ਪਤਾ ਜੀ। ਕੀ ਪਤਾ ਤੈਨੂੰ? ਉਹ ਤਾਂ ਮਾਰਦੇ ਹੋਏ ਵੀ ਨਹੀਂ ਦੇਖਦੀ। ਕੀ ਗੋਲੀ ਕਿਹੜੇ ਪੱਟ 'ਚ ਮਾਰਾਂ? ਗੱਲ ਸੁਣੋ, ਮੈਂ ਤੈਨੂੰ ਸਾਇ ਸੋਚਿਆ ਸੀ ਵੀ ਚੱਲ ਕਿਸੇ ਹੋਰ ਘਰ ਦਾ ਲੈ ਕੇ ਆਊਗਾ, ਤੈਨੂੰ ਪਤਾ ਉਹਨਾਂ ਦੀ ਬੁੜੀ ਕਿੰਨੀ ਅੜਬਾ, ਨਾਲੇ ਤੂੰ ਮੈਨੂੰ ਮਰਵਾਏਗਾ, ਨਾਲੇ ਅੱਗੇ ਤੋਂ ਮੇਰੇ ਲਵੇ ਐਵੇਂ ਦਾ ਬੰਦਾ ਨਾ ਲੈ ਕੇ ਆਈ ਕੋਈ।
ਨਾਲੇ ਗੱਲ ਸੁਣ ਪਹਿਲਾਂ ਚਾਹ ਇੰਗ ਪੀ ਜਾਂਦਾ ਤੀ 30 ਰੁਪਏ ਚਾਹ ਦੇ ਤੇ 20 ਰੁਪਏ ਮੱਠੀਆਂ ਦੇ ਜਾਂਦਾ ਹੋਇਆ ਦੇ ਕੇ ਜਾਈ ਕੋਈ ਨਾ ਦੇ ਦੂੰ ਕੋਈ ਨਾ ਕੀ ਯਾਰ ਤੂੰ ਐਵੇਂ ਦੇ ਬੰਦੇ ਮੇਰੇ ਲਵੇ ਲੈ ਕੇ ਆਣਾ ਗੁੱਸਾ ਕਿਉਂ ਹੁੰਦਾ ਗੁੱਸਾ ਨਹੀਂ ਹੁੰਦਾ ਯਾਰ ਐ ਨਹੀਂ ਹੁੰਦਾ ਹੁੰਦਾ ਚੱਲ ਉਹਦੇ ਸੁਣ ਮੈਂ ਮੇਰਾ ਰਿਸ਼ਤਾ ਕਰਤਾ ਪੁੱਤ ਤੇਰੀ ਮਾਸੀ ਨੇ ਕਰਾਇਆ ਕੀ ਬੇਬੇ ਇੱਕ ਵਾਰ ਪੁੱਛ ਤਾਂ ਲੈਂਦੇ ਮੇਰੇ ਤੋਂ ਲੈ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਜੋ ਵੱਡੇ ਕਰਦੇ ਨੇ ਉਹੀ ਠੀਕ ਹੁੰਦਾ ਹੈ ਵਧੀਆ ਪੜ੍ਹਿਆ ਲਿਖਿਆ ਮੁੰਡਾ ਚੰਗੀ ਜ਼ਮੀਨ ਹੈ ਚੰਗੀ ਬੀ ਏ ਕਰੀ ਹੋਈ ਹੈ ਮੁੰਡੇ ਦੀ ਨਸ਼ਾ ਨਹੀਂ ਪਤਾ ਨਹੀਂ ਕਰਦਾ ਹੋਰ ਆਪਾਂ ਨੂੰ ਕੀ ਚਾਹੀਦਾ ਮੇਰਾ ਨਹੀਂ ਮਨ ਕਰਦਾ ਵਿਆਹ ਕਰਾਉਣ ਕੀ ਗੱਲ ਆ ਹੋਰ ਤੈਨੂੰ ਮੈਂ ਘਰੇ ਰੱਖੂੰਗੀ ਵਿਆਹ ਤਾਂ ਤੇਰਾ ਕਰਨਾ ਹੀ ਪਊਗਾ ਉਹ ਤਾਂ ਪਤਾ ਬੇਬੇ ਪਰ ਥੋੜ੍ਹਾ 2 ਸਾਲ ਰੁਕ ਜਾਓ ਨਾ ਹਲੇ ਮੈਂ ਕਿਵੇਂ ਰੁਕ ਜਾ 2 ਸਾਲ ਹੁਣ ਤੂੰ ਵਿਆਹਣ ਜੋਗੀ ਹੋਈ ਪਈਆਂ ਹੈ ਹਰ ਜਵਾਨ ਦਾ ਤੇਰਾ ਵਿਆਹ ਕਰਵਾਉਣ ਦਾ ਹੁਣ ਤੂੰ ਕੁਮਾਰੀ ਬੈਠੀ ਰਹੇਂਗੀ ਉਹ ਤਾਂ ਗੱਲ ਸਹੀ ਹੈ ਬੇਬੇ ਪਰ ਮੈਂ ਕਹਿੰਦੀ ਸੀ ਜਦੋਂ ਪੜ੍ਹਾਈ ਪੂਰੀ ਹੋ ਗਈ ਫਿਰ ਮੇਰਾ ਵਿਆਹ ਕਰ ਦਿਓ ਪੜ੍ਹਾਈ ਤਾਂ ਵਿਆਹ ਮਗਰ ਵੀ ਕਰੀ ਜਾਈ ਹੁਣ ਤਾਂ ਵਿਆਹ ਕਰਾ ਕੇ ਪੜ੍ਹੀ ਜਾਂਦੀਆਂ ਨੇ ਗਾਹਾਂ ਦੀ ਗਾਹਾਂ ਉਹ ਤਾਂ ਆਪਦੇ ਵੱਸ ਦੀ ਗੱਲ ਹੁੰਦੀ ਹੈ ਪੜ੍ਹਾਈ ਕਰਨੀ ਤਾਂ ਜਿਹੜਾ ਮੇਰਾ ਫਰਜ਼ ਆ ਮੈਨੂੰ ਨਿਭਾ ਦੇਣ ਦੇ ਜਾਂ ਖੜੀ ਹੋ ਕੇ ਕੰਮ ਕਰ ਲੈ ਅਗਲੇ ਮਹੀਨੇ ਤੱਕ ਤੇਰਾ ਵਿਆਹ ਕਰ ਦਿਆਂਗੇ ਸਰ ਲੈ ਬੇਬੇ ਅਗਲੇ ਮਹੀਨੇ ਲੈ ਹੋਰ ਬਾਹਲਾ ਟਾਈਮ ਨਹੀਂ ਮੈਂ ਪਾਉਂਦੀ ਬੇਬੇ ਤੁਸੀਂ ਨਹੀਂ ਸੁਣਦੇ ਮੇਰੀ ਗੱਲ ਬਸ ਵਾਲੀ ਗੱਲ ਨਾ ਮੇਰੇ ਨਾਲ ਕਰ ਤੂੰ ਹੁਣ ਆਪਦਾ ਕੰਮ ਕਰ ਲੈ ਮੁੰਡੇ ਕੀ ਅੱਜ ਕੱਲ੍ਹ ਸਿਆਉਂਦੇ ਨੇ ਮਸਾਂ ਦਾ ਮੁੰਡਾ ਮਿਲਿਆ ਮੈਂ ਕੀ ਹੋਇਆ ਸਮੀਰ ਹੋ ਰਹੀ ਹੈ ਕੁਛ ਨਹੀਂ ਵੀਰੇ ਕੋਈ ਗੱਲ ਤਾਂ ਹੈ ਐਵੇਂ ਤਾਂ ਤੂੰ ਦੁਖੀ ਹੁੰਦੀ ਨਹੀਂ 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 ਵੀਰੇ ਜੇ ਕੋਈ ਗੱਲ ਹੁੰਦੀ ਮੈਂ ਤੁਹਾਨੂੰ ਦੱਸ ਦੇਣੀ ਸੀ ਜੇ ਕੋਈ ਗੱਲ ਆ ਤਾਂ ਦੱਸ ਦੇ ਫਿਰ ਕੀ ਆ ਮੈਂ ਵੀ ਤਾਂ ਲਵ ਮੈਰਿਜ ਕਰਾਉਣੀ ਆ ਵੀਰੇ ਤੁਹਾਨੂੰ ਪਤਾ ਤਾਂ ਹੈ ਮੈਰਿਜ ਕਰਨ ਲੱਗੇ ਨੇ ਮੈਂ ਹਜੇ ਨਹੀਂ ਕਰਾਉਣਾ ਚਾਹੁੰਦੀ ਉਹ ਜੇ ਕੋਈ ਗੱਲ ਆ ਸਿੰਮੀ ਦੱਸ ਦੇ ਫਿਰ ਵੀ ਮੈਂ ਤੇਰਾ ਛੋਟਾ ਭਰਾ ਵਾਂ ਵੀਰੇ ਨਾ ਮੈਂ ਕਿਸੇ ਮੁੰਡੇ ਨੂੰ ਲਾਈਕ ਕਰਦੀ ਹਾਂ ਫਿਰ ਕੀ ਹੋਇਆ ਮੈਂ ਬੇਬੇ ਨਾਲ ਗੱਲ ਕਰ ਲੈਣਾ ਪੱਕਾ ਹਾਂ ਪੱਕਾ ਹੋ ਜਾ ਖੁਸ਼ ਹੁਣ ਚੱਲ ਠੀਕ ਆ ਫਟਾਫਟ ਗੱਲ ਕਰ ਤੇ ਫਿਰ ਮੈਨੂੰ ਦੱਸੀ ਠੀਕ ਹੈ ਠੀਕ ਚਾ ਓਕੇ ਆ ਵੀ ਉਰ ਚਿੱਟ ਜਾਂਦਾ ਦਿਲ ਹੈ ਨਾ ਨਾ ਕੇ ਆ ਤਾਂ ਚੱਕ ਲਿਆ ਕਰ ਬੇਬੇ ਕਿਹ ਮੈਂ ਚੱਕਾਂ ਬੇਬੇ ਹਾਂ ਬੋਲ ਤੇਰੇ ਨਾਲ ਮੈਂ ਇੱਕ ਗੱਲ ਕਰਨੀ ਸੀ ਗੱਲ ਕਰਨੀ ਜੀ ਵੀ ਇਹੀ ਜੀ ਤੈਨੂੰ ਕਿਹੜੀ ਕਬੀਲਦਾਰੀ ਗੱਲ ਪੈ ਗਈ ਦੇਖ ਬੇਬੇ ਆਪਣੀ ਕੁੜੀ ਕਿੰਨੀ ਸਿਆਣੀ ਆ ਬੇ ਹਾਂ ਬਥੇਰੀ ਸਿਆਣੀ ਆ ਮੇਰੀ ਧੀ ਬੇਬੇ ਦੇਖ ਆਪਾਂ ਰਿਸ਼ਤਾ ਦੇ ਕੱਚਾ ਪੱਕਾ ਹੀ ਕੀਤਾ ਕੱਚਾ ਪੱਕਾ ਕੀਤਾ ਬੇ ਮੈਂ ਤਾਂ ਜਵਾਨ ਦੇ ਹੀ ਬੈਠੀ ਹਾਂ ਨਾਲੇ ਮੇਰੀ ਜਵਾਨ ਤਾਂ ਬੰਦਿਆਂ ਵਰਗੀ ਹੈ ਬੇਬੇ ਆਪਣੀ ਕੁੜੀ ਨਾ ਇੱਕ ਮੁੰਡੇ ਨੂੰ ਪਿਆਰ ਕਰਦੀ ਆ ਆਪਾਂ ਉਹਦੇ ਨਾਲ ਰਿਸ਼ਤਾ ਕਰ ਦਿੰਦੇ ਹਾਂ ਪਿਆਰ ਕਰਦੀ ਹੈ ਬੇ ਮੈਨੂੰ ਐਂ ਦੱਸ ਤੈਨੂੰ ਸ਼ਰਮ ਹੈਗੀ ਹੈ ਹੈ ਤੂੰ ਵਿੱਚ ਵਿਚੋਲ ਕਰੀਆਂ ਕਰਦਾ ਫਿਰਦਾ ਹੈ ਭਾਈ ਇਹੋ ਜਿਹਾ ਕੰਮ ਕਿਤੇ ਕਰਦੇ ਹੁੰਦੇ ਨੇ ਮੇਰੀ ਗੱਲ ਸੁਣ ਲੈ ਜਿੱਥੇ ਮੈਂ ਕਿਹਾ ਰਿਸ਼ਤਾ ਉੱਥੇ ਹੀ ਹੋਊਗਾ ਦੂਜੀ ਗੱਲ ਵੀ ਤੂੰ ਤਾਂ ਮੈਨੂੰ ਆ ਕੇ ਮੱਤਾਂ ਦਿੰਦਾ ਹੈਂ ਦੱਸਦਾ ਹੈਗਾ ਹਾਂ ਉਹਦੇ ਮਿੱਤਰ ਦੋਸਤ ਵੀ ਹਾਂ ਉਹਦਾ ਕਿਸੇ ਨਾਲ ਪਿਆਰ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਹੈਂ ਪਹਿਲਾਂ ਪਤਾ ਕਿੰਨੇ ਅਣਖੀ ਭਾਈ ਹੁੰਦੇ ਤੇ ਜੇ ਕੋਈ ਧੀ ਬਣ ਕੇ ਨਹੀਂ ਅੱਖ ਚੱਕਦਾ ਨਾ ਥੋਂ ਤੇ ਮਾਰ ਦਿੰਦੇ ਤੇ ਤੂੰ ਨਾਲ ਉਹਦੇ ਵਿਚੋਲ ਪਾਣੀ ਸਪੋਟਾਂ ਕਰਦਾ ਫਿਰਦਾ ਹੈਂ ਹੋ ਖੜਾ ਖੜਾ ਹੋ ਹੈਂ ਮਲਾਂਗੜਿਆ ਮੈਨੂੰ ਐਂ ਦੱਸ ਪਹਿਲਾਂ ਕੱਲ੍ਹ ਨੂੰ ਤੂੰ ਕੋਈ ਚੰਦ ਚਾੜੇਗਾ ਅੱਜ ਤੂੰ ਉਹਨੂੰ ਸਕਿਆਉਣਾ ਬੇਬੇ ਬੇਬੇ ਤੂੰ ਸਹੀ ਆ ਕਿਉਂ ਆ ਗਿਆ ਨਾ ਲੈਣ ਤੇ ਕਰਾਉਂਦਾ ਨਹੀਂ ਰਿਸ਼ਤਾ ਨਹੀਂ ਬੇਬੇ ਮੱਥਾ ਲੈਣ ਆਇਆ ਬੇਬੇ ਨੂੰ ਬੇਬੇ ਆ ਤਾਂ ਧੋ ਦੀ ਫਿਰ ਧੋ ਦੂੰਗੀ ਤੁਰ ਜਾ ਹੇ ਪਰਮਾਤਮਾ ਇਹ ਤਾਂ ਮੈਂ ਵਧੀਆ ਰਹੀ ਟਾਈਮ ਦੇ ਨਾਲ ਕੁੜੀ ਦਾ ਰਿਸ਼ਤਾ ਕਰਤਾ ਨਹੀਂ ਪਤਾ ਨਹੀਂ ਕੋਈ ਚੰਦ ਚਾੜਦੀ ਹਲੇ ਆ ਮਲੰਗ ਦੀ ਸੋਚ ਆ ਹਾਂਜੀ ਕੀ ਕੁਛ ਕਰੂਗਾ ਜੇ ਕੋਈ ਹੁਣੇ ਮੈਨੂੰ ਇੰਨਾ ਜੇ ਰਹਿਆਂ ਦਿੰਦਾ ਯਾਰ ਤੂੰ ਹੁਣ ਦੱਸ ਦੇ ਜੱਗੀ ਨੂੰ ਆਪਣੇ ਬਾਰੇ ਯਾਰ ਮੈਂ ਦੱਸ ਦਿੰਦੀ ਹਾਂ ਯਾਰ ਮੈਂ ਨਹੀਂ ਚਾਹੁੰਦੀ ਉਹਨੂੰ ਕਿਸੇ ਹੋਰ ਤੋਂ ਪਤਾ ਲੱਗੇ ਜੇ ਉਹਨੂੰ ਕਿਤੋਂ ਹੋਰ ਪਤਾ ਲੱਗ ਗਿਆ ਨਾ ਉਹਨੂੰ ਫੀਲ ਹੋਊਗਾ ਇਹ ਤੋਂ ਚੰਗਾ ਮੈਂ ਹੀ ਉਹਨੂੰ ਦੱਸ ਦਿੰਦੀ ਹਾਂ ਚੱਲ ਐਂਕਰ ਤੂੰ ਇੱਥੇ ਖੜ ਮੈਂ ਆਈ ਚੱਲ ਠੀਕ ਆ ਅਮਰਤ ਕੀ ਕਰੀਏ ਯਾਰ ਵਿਚੋਲੇ ਨਹੀਂ ਲੱਭਦਾ ਉਹ ਲਾਲਾ ਵੀ ਮੌਕੇ ਤੇ ਜਵਾਬ ਦੇ ਗਿਆ ਕੋਈ ਨਹੀਂ ਲੱਭ ਜੂਗਾ ਕਾਲੀ ਕਾਹਦੀ ਹੈ ਟੈਨਸ਼ਨ ਨਾ ਲਿਆ ਕਰ ਉਹ ਇੰਨੇ ਸਾਲਾਂ ਕੋਈ ਹੋਰ ਚੱਕ ਕੇ ਲੈ ਜੂਗਾ ਫਿਰ ਕੀ ਕਰਾਂਗੇ ਕੋਈ ਨਹੀਂ ਲੈ ਜਾਂਦਾ ਉਹ ਹੁੰਦੀ ਆ ਭਾਬੀ ਸੋਹਣੀ ਬੋਤਲ ਲੱਗਦੀ ਆ ਓਏ ਆਏ ਹਾਏ ਚੱਲ ਫਿਰ ਤੂੰ ਕਰ ਲਾ ਗੱਲ ਮੈਂ ਜਾਣਾ ਜੈਕ ਮੈਂ ਤੇਰੇ ਨਾਲ ਗੱਲ ਕਰਨੀ ਸੀ ਕੀ ਗੱਲ ਕਰਨੀ ਸੀ ਇੱਕੋ ਲਾਲਾ ਨਾ ਜਵਾਬ ਵੀ ਦੇ ਗਿਆ ਚੱਲ ਕੋਈ ਨਾ ਤੂੰ ਮੇਰੀ ਗੱਲ ਸੁਣ ਜੈਕ ਮੇਰਾ ਰਿਸ਼ਤਾ ਹੋ ਗਿਆ
क्यों मजाक करी जानी है? ओ मैं भेज दूंगा रिश्ता, लभी जाना बचोला मैं। मजाक नहीं हैगा, मेरा सच्ची रिश्ता हो गया किते। प्लीज मैनू माफ कर दे, ये सारा तेरा कसूर है। मैं तेनू पहले ही कहा सी भी रिश्ता भेज दे, पर तू तो मेरी एक नहीं सुनी हैगी। यार तू जवाब दे दिंदी, एवं तकना थोड़ी ब्याह हो जूगा। यार किन्ना का टाइम जवाब दिंदी मैं, 2 साल हो गए मैनू जवाब दिंदी नू। मेरी मम्मी ने कहता कि ब्याह हुण तेरा किते होर होना तो होना, हुण ना आप कदे नहीं मिलना हैगा, तो प्लीज मेरे नाल गल करन दी कोशिश भी ना करी। सिमरा तू मेरे नाल रोज गल कर लिया करी, मैं तेरे बिना किसी नाल ब्याह नहीं कराउणा। यार यार मैं बहुत कोशिश की आ कि तेरे नाल ब्याह हो जाए, बस तू मेरे नाल गल कर लिया करी। ओदे बाहा दे विच चूड़ा सी, रंग मेहंदी दा वी गूड़ा सी, मेरे सिर ते हाथ रखा के कहगी अखां पर के हो वे तेनू सो लगे मेरे प्यार दी, जे रोया मैनू याद करके वे तेनू सो लगे मेरे प्यार दी, जे रोया मैनू याद करके वे तेनू सो लगे मेरे प्यार दी, जे रोया मैनू याद करके। ठीक हो जी तुसी? हाँ जी। तुसी ब्याह करा के खुश तो है? ਹੁਣ ਤਾਂ ਹੋ ਗਿਆ, ਖੁਸ਼ ਹੀ ਹਾਂ। ਠੀਕ ਹੈ, ਚਲ ਆਪਾਂ ਹੋਰ ਘੁੰਮਣ ਚੱਲੀਏ ਕਿਧਰੇ ਜੀ। ਗੱਲ ਸੁਣ ਲੈ ਮੇਰੀ, ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਨਾ ਕਰ, ਸਮਝਿਆ? ਆਪਣਾ ਵਿਆਹ ਹੋਇਆ ਜੀ। ਆਈ ਨੋ ਵਿਆਹ ਹੋਇਆ, ਪਰ ਇਹਦਾ ਮਤਲਬ ਇਹ ਥੋੜ੍ਹੀ ਆ। ਮਤਲਬ ਜੀ? ਕਿ ਤੁਸੀਂ ਮੈਨੂੰ ਕਦੇ ਵੀ ਟੱਚ ਕਰੋ, ਮੈਂ ਤੁਹਾਨੂੰ ਕਹਿਤਾ ਨਾ। ਤੁਹਾਡੀ ਰਜਾਬੰਦੀ ਨਾਲ ਨਹੀਂ ਹੋਇਆ ਸੀ ਇਹ ਵਿਆਹ ਜੀ? ਧੱਕੇ ਨਾਲ ਹੋਇਆ ਤੁਹਾਡਾ ਵਿਆਹ ਮੇਰੇ ਨਾਲ ਜੀ? ਬਸ ਮੈਂ ਕਰਦਿਆਂ ਕਰਕੇ ਹਾਂ ਕਰਤੀ, ਨਹੀਂ ਤਾਂ ਮੈਂ ਇਹ ਵਿਆਹ ਕਦੇ ਨਹੀਂ ਕਰਾਉਣਾ ਸੀ। ਤੁਸੀਂ ਮੈਨੂੰ ਕਹਿ ਦਿੰਦੇ ਮੈਂ ਜਵਾਬ ਦੇ ਦਊਂਗਾ ਜੀ। ਸੌਰੀ, ਮੇਰੇ ਕੋਈ ਗੱਲ ਨਹੀਂ ਜੀ, ਜਿਵੇਂ ਤੁਸੀਂ ਕਹੋਗੇ ਨਾ ਉਹ ਮੈਂ ਚੱਲੂਗਾ। ਤੁਹਾਨੂੰ ਮੈਂ ਤੁਹਾਡੇ ਕਹੇ ਤੋਂ ਬਿਨਾਂ ਕਦੇ ਟੱਚ ਵੀ ਨਹੀਂ ਕਰੂੰਗਾ। ਠੀਕ ਠੀਕ ਹੈ ਜੀ। ਹਾਂਜੀ ਹਾਂਜੀ, ਜੇ ਅਗਰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਨਾ ਮੰਗ ਲਿਆ ਕਰੋ ਜੀ, ਕੋਈ ਗੱਲ ਨਾ। ਕੋਈ ਗੱਲ ਨਹੀਂ। ਹਾਂਜੀ ਥੈਂਕ ਗੋਡ ਚਲੇ ਗਿਆ। ਮੇਰੇ ਤੇ ਨਾ ਸਿਰਫ ਮੇਰੇ ਪਿਆਰ ਦਾ ਹੱਕ ਆ, ਹੋਰ ਕੋਈ ਮੈਨੂੰ ਟੱਚ ਵੀ ਨਹੀਂ ਕਰ ਸਕਦਾ। ਬਈ ਬਹੁਤ ਜ਼ਿਆਦਾ ਹੁੰਦੀ ਉਹਦੀ ਯਾਰ, ਜੇ ਮੈਂ ਤਿਲ ਨਹੀਂ ਲੱਗਦਾ ਯਾਰ। ਆਪਣੇ ਕਿੰਨੀ ਕੋਸ਼ਿਸ਼ ਕਰੀ ਸੀ ਕਿ ਸਿਰਫ ਵਿਆਹ ਹੋ ਜਾਏ। ਚੱਲ ਕੁਛ ਨਹੀਂ ਹੁੰਦਾ ਬਈ, ਆਪਾਂ ਨੇ ਕਿੰਨੀ ਕੋਸ਼ਿਸ਼ ਕਰੀ ਸੀ ਯਾਰ। ਚੱਲ ਕੋਈ ਨਹੀਂ, ਚੱਲ ਕੋਈ ਨਹੀਂ, ਕੁਛ ਨਹੀਂ ਹੁੰਦਾ। ਨਾ ਰੋਣੇ ਦੀ ਸੌਂ ਪਾ ਕੇ, ਜ਼ੁਲਮਾਂ ਦੀ ਹੱਦ ਮੁਕਾ ਗਈ ਏ, ਬਿਨ ਬਾਲਣ ਮੇਰੇ ਜਿਉਂਦੇ ਦੀ ਹੱਥੀ ਚਿਤਾ ਜਲਾ ਗਈ ਏ, ਜਿੱਤਦੇ ਜਿੱਤਦੇ ਉਹਨੂੰ ਬਹਿ ਕੇ ਸਭ ਕੁਝ ਹਰ ਕੇ। ਹੈਲੋ, ਹਾਂ ਸਿਮਰ ਯਾਰ ਤੂੰ ਠੀਕ ਆ? ਮੈਨੂੰ ਨਾ ਤੇਰੀ ਬਹੁਤ ਯਾਦ ਆ ਰਹੀ ਆ। ਯਾਰ ਮੈਨੂੰ ਤਾਂ ਆਪ ਤੇਰੀ ਬਹੁਤ ਯਾਦ ਆਉਂਦੀ ਆ, ਹੁਣ ਮੈਂ ਕੀ ਕਰਾਂ ਯਾਰ, ਆਪਣਾ ਨਹੀਂ ਵਿਆਹ ਹੋਇਆ। ਯਾਰ ਮੈਨੂੰ ਪਤਾ ਤੂੰ ਸਿਰਫ ਮੇਰੀ ਹੈ। ਸੀਰੀਅਸਲੀ ਮੈਂ ਜਮਾਂ ਵੀ ਖੁਸ਼ ਨਹੀਂ ਹੈਗੀ ਜੈਕ, ਮੈਂ ਤੈਨੂੰ ਦੱਸ ਵੀ ਨਹੀਂ ਸਕਦੀ ਹੈਗੀ ਮੈਂ ਤੈਨੂੰ ਕਿੰਨਾ ਮਿਸ ਕਰ ਰਹੀ ਆ। ਕਹਿ ਰਹੀ ਹਾਂ ਕਿ ਹੋ ਸਕੇ ਤਾਂ ਨਾ ਤੂੰ ਮੇਰੇ ਨਾਲ ਰੋਜ਼ ਗੱਲ ਕਰ ਲਿਆ ਕਰ। ਹਾਂ ਹਾਂ, ਮੈਂ ਤੇਰੇ ਨਾਲ ਦਿਨ 'ਚ ਕਰਿਆ ਕਰੂੰ ਪੱਕਾ ਗੱਲ, ਤੂੰ ਵੀ ਕਰ ਲਿਆ ਕਰੀ ਟਾਈਮ ਕੱਢ ਕੇ। ਬਸ ਤੂੰ ਆਪਣਾ ਧਿਆਨ ਰੱਖ, ਕੋਈ ਗੱਲ ਨਹੀਂ, ਮੈਂ ਸਮਝਦੀ ਹਾਂ ਜੋ ਵੀ ਹੋਇਆ ਉਹ ਭੁੱਲਣਾ ਸੌਖਾ ਨਹੀਂ ਹੈਗਾ, ਬਸ ਪਲੀਜ਼ ਤੂੰ ਹੁਣ ਆਪਣਾ ਧਿਆਨ ਰੱਖੀ। ਆਪਣਾ ਧਿਆਨ ਰੱਖੀ।
ओके बाय। ਮੈਨੂੰ ਫੋਨ ਆਇਆ ਸੀ ਮੰਮੀ ਜੀ ਦਾ, ਤੁਸੀਂ ਘਰੇ ਗੱਲ ਕਰ ਲਈ ਸੀ ਜੀ? ਹਾਂਜੀ। ਰੋਟੀ ਰੋਟੀ ਖਾ ਲਈ? ਹਾਂਜੀ। ਚਲੋ ਠੀਕ ਹੈ, ਗੁੱਡ ਨਾਈਟ। ਗੁੱਡ ਨਾਈਟ। ਸੋ ਜਾਣਾ ਟਾਈਮ ਨਾਲ ਜੀ। ਓਕੇ। ओ सिमरना सिमरना, ओ कपड़े लेके आई यार, गर्मी बहुत होगी। ओ की है है? की होया? ओ यार प्रस्ता कर दंदी मैं रिश्तेदारी च जाना, हुन ये कपड़े पाके लेके जाऊं यार, किन्ने बल पै रहे ने च। मैं बेली नहीं सी प्रेस करन नु, तुसी कर लेंदे यार। तड़के दा काम भी की करे तन्ने, एक काम कहया ते तन्ने ओही नहीं करे यार। तेरी हर एक गल मानदा मैं सिमरन, जिद्दां तू कहनी ऐदां नहीं चलदा हुंदा, कम तां तैनूं करने ही पैणगे। ओ प्लीज ज्यादा बोलण दी लोड़ नहीं, नहीं तां मैं अपने घर चल जाणा। भी ना सिमरन तेरे ना बहस नहीं करना चाहता, तेरिया अखा ते पर्दा पै गया, तेनू इज्जतां दी सार नहीं हैगी, तेनू जिन्ने मर्जी प्यार ना समझा ला तेनू समझदी नहीं हैगी यार। तू अगर तेरे कोई दिल च गल आ ना तू मैनू दस सकदी है यार, तेनू पता अज मैं किन्ना जरूरी काम जाना सीगा। कोई ना हुण मैं आही पा के बह जू, बग जा मेरी मां अंदर। ਸਿਮਰਨ ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ ਬਾਈ? ਹਾਂਜੀ। ਸਿਮਰਨ ਆਹ ਤੇਰੇ ਲਈ ਸੂਟ ਲੈ ਕੇ ਆਇਆ ਮੈਂ, ਲੈ। ਮੈਨੂੰ ਨਹੀਂ ਪਸੰਦ ਹੈਗਾ, ਮੈਂ ਕਿੰਨੀ ਵਾਰ ਕਿਹਾ ਮੇਰੇ ਲਈ ਇਹ ਸਭ ਨਾ ਕਰਿਆ ਕਰੋ, ਨਾ ਮੈਨੂੰ ਇਹ ਸਭ ਪਸੰਦ, ਨਾ ਮੈਨੂੰ ਤੁਸੀਂ ਪਸੰਦ ਹੋ, ਮੈਂ ਤਾਂ ਦੂਰ ਹੋਵਾਂ ਬਸ। ਉਹ ਯਾਰ ਮੈਂ ਤੇਰੇ ਲਈ ਨਹੀਂ ਕਰੂੰਗਾ, ਹੋਰ ਕਿਹਦੇ ਲਈ ਕਰੂੰਗਾ, ਆਪਣਾ ਵਿਆਹ ਹੋਇਆ ਸਿਮਰਨ, ਕਮ ਸੇ ਕਮ ਤੇਰੇ ਲਈ ਸੂਟ ਤਾਂ ਲਿਆ ਸਕਦਾ ਮੈਂ। ਸਿਮਰਨ ਯਾਰ ਤੂੰ ਮੇਰੇ ਨਾਲ ਇੱਦਾਂ ਬਿਹੇਵ ਕਾਹਤੋਂ ਕਰ ਰਹੀ ਆ? ਸਿਮਰ ਮੈਂ ਨਾ ਤੈਨੂੰ ਕੋਈ ਗੱਲ ਕਹਿਣਾ ਚਾਹੁੰਦੀ ਹਾਂ, ਪਰ ਕਹਿਣਾ ਤਾਂ ਚਾਹੁੰਦੀ ਨਹੀਂ ਯਾਰ। ਦੇਖ ਗੈਰੀ ਤੇਰਾ ਕਿੰਨਾ ਕਰਦਾ ਵਾ, ਤੈਨੂੰ ਕਿੰਨਾ ਪਿਆਰ ਕਰਦਾ ਵਾ, ਅਤੇ ਤੂੰ ਉਹਦੇ ਨਾਲ ਇੱਦਾਂ ਦਾ ਬਿਹੇਵ ਕਰਦੀ ਆ। ਮੈਂ ਮੰਨਦੀ ਹਾਂ ਯਾਰ ਤੂੰ ਜੈਕ ਨੂੰ ਪਿਆਰ ਕਰਦੀ ਸੀ, ਪਰ ਉਹ ਤੇਰਾ ਪਾਸਟ ਸੀ, ਹੁਣ ਇਹ ਤੇਰਾ ਫਿਊਚਰ ਹੈ, ਅਤੇ ਮੈਂ ਨਾ ਤੈਨੂੰ ਭੈਣ ਦੇ ਤੌਰ 'ਤੇ ਇਹੀ ਗੱਲ ਸਮਝਾਉਂਦੀ ਹਾਂ, ਤੂੰ ਪਲੀਜ਼ ਆਪਣਾ ਘਰ ਨਾ ਖਰਾਬ ਕਰ। ਠੀਕ ਹੈ। ਹਾਂ ਸਿਮਰ, ਤੇਰਾ ਗੈਰੀ ਨੇ ਸਾਥ ਦੇਣਾ, ਉਹਨੇ ਨਹੀਂ। ਚੱਲ ਠੀਕ ਆ ਸਿਮਰ, ਮੈਂ ਚੱਲਦੀ ਹਾਂ। ਮੈਂ ਨਾ ਕੱਲ੍ਹ ਸਿਮਰਨ ਦੇ ਘਰ ਗਈ ਸੀ, ਅਤੇ ਉਹ ਨਾ ਗੈਰੀ ਨੂੰ ਬਿਲਕੁਲ ਪਿਆਰ ਨਹੀਂ ਕਰਦੀ, ਇਹ ਨਾ ਉਹਦੇ ਵਾਸਤੇ ਗਲਤ ਗੱਲ ਆ ਯਾਰ। ਚਲ ਕੋਈ ਗੱਲ ਨਹੀਂ, ਮੈਂ ਜੱਗੀ ਨਾਲ ਕਰਦਾ ਗੱਲ, ਵੈਸੇ ਵੀ ਹੁਣ ਉਹਨਾਂ ਦਾ ਕੁਛ ਨਹੀਂ ਹੋ ਸਕਦਾ, ਇੱਕ ਨਾ ਇੱਕ ਦਿਨ ਉਹਨਾਂ ਨੂੰ ਅਲੱਗ ਤਾਂ ਹੋਣਾ ਹੀ ਪਊਗਾ। ਸਿਮਰ ਨੂੰ ਨਾ ਆਪਣੀ ਲਾਈਫ 'ਚ ਅੱਗੇ ਵਧਣਾ ਚਾਹੀਦਾ, ਉਹਨੂੰ ਅਤੇ ਗੈਰੀ ਨੂੰ ਨਾ ਹੁਣ ਇੱਕ ਹੋ ਜਾਣਾ ਚਾਹੀਦਾ ਵਾ। ਓਕੇ। ਇੰਸਟਾ ਦੇ ਵਾਲਾ ਗੰਦ ਪਾ ਰੱਖਿਆ ਲੋਕਾਂ ਨੇ ਯਾਰ, ਆ ਕੀ ਕਰੀ ਜਾਂਦੇ ਨੇ ਲੋਕ ਬਾਈ। ਇੱਕ ਮਿੰਟ ਮੇਰੀ ਗੱਲ ਸੁਣੀ,
हाँ दस आए आप इधर बह के गल करते हैं इतनी दस दे रहा जरूरी गल है एक मिनट चल दस हाँ दस खुशी सिमरन के घर गई सी अच्छा गैरी ने किवें रेंदे फिर वो कहती सी मैनू गैरी नाल तो जमी वधिया तरीके नाल नहीं रेंदी उन्हूं तां रोटी भी नहीं पुछदी मनदा जट नूं प्यार करदी आ देख लै उहदी जात तक नहीं पुछदी हैगी नहीं प्यार वाली इह च की गल है किहड़ियां गल्लां करदा यार प्यार प्योर कुछ नहीं हुंदा तू सिमरन दी जिंदगी खराब कर रहे हैं ना वो घर रहन जोगी ना तेरे नाल रहन जोगी जे तू उहनूं प्यार करदा फिर उहदे नाल विआह क्यों नहीं कराया बई विचोला लभदे फिरदे सी आपां लभे नहीं विचोला आपां की करिए हुण हुण तां उहदा विआह भी हो गया की फायदा एवीं उहनूं आपदी जिंदगी च खुश रहन दे गल तां यार तेरी भी सही है नाले हुण तेरी मशूक नहीं हैगी गैरी दी घर वाली होगी हुण मैं की करां करना की है हुणे उहनूं फोन करके कह अज तों बाद तुसीं कदे गल नहीं करनी भी उहनूं आपदी जिंदगी च खुश रहन दे गैरी नाल फोन नहीं चकदी जैक दा फोन इन्निया कॉल्स हेलो हेलो सिमर सॉरी जैक एक्चुअली ना मैं काम कर दी पई सी ता नहीं चक्या गया ਹੋਰ ਦੱਸ ਕਿਵੇਂ ਆ ਤੂੰ ਠੀਕ ਆ ਕਿ ਹੁਣ ਮੇਰਾ ਰਿਸ਼ਤਾ ਹੋ ਗਿਆ ਤੂੰ ਮਜ਼ਾਕ ਕਰਦਾ ਪਿਆ ਨਾ ਆਪਾਂ ਕਦੇ ਗੱਲ ਨਹੀਂ ਕਰ ਸਕਦੇ ਯਾਰ ਮੈਂ ਵਿਹਲਾ ਥੋੜ੍ਹੇ ਤੇਰੇ ਨਾਲ ਗੱਲ ਕਰਨ ਨੂੰ ਬਸ ਆਪਾਂ ਟਾਈਮ ਪਾਸ ਕਰਦੇ ਸੀ ਐਵੇਂ ਕਿਵੇਂ ਤੂੰ ਕਿਸੇ ਹੋਰ ਨਾਲ ਵਿਆਹ ਕਰਾ ਸਕਦਾ ਮੈਂ ਵਿਆਹ ਕਰਾ ਕੇ ਵੀ ਤੇਰੇ ਨਾਲ ਗੱਲ ਕਰਦੀ ਪਈ ਹਾਂ ਨਾ ਜੈਕ ਮੈਨੂੰ ਪਤਾ ਤੂੰ ਝੂਠ ਬੋਲਦਾ ਪਿਆ ਨਾ ਮੈਂ ਤਾਂ ਨੰਬਰ ਬਲੌਕ ਕਰਨ ਲੱਗਿਆ ਜੈਕ ਉਹ ਰਹਿਣ ਦੇ ਯਾਰ ਮੇਰਾ ਫੋਨ ਕੱਟਤਾ ਬਈ ਤੈਨੂੰ ਥੋੜੇ ਕਿ ਦਿਨ ਦੁੱਖ ਲੱਗੂਗਾ ਪਰ ਹਕੀਕਤ ਇਹੀ ਹੈ ਤੁਸੀਂ ਕਦੇ ਵੀ ਇਕੱਠੇ ਨਹੀਂ ਹੋ ਸਕਦੇ ਜੈਕ ਇੱਦਾਂ ਕਿੱਦਾਂ ਕਰ ਸਕਦਾ ਮੇਰੇ ਨਾਲ ਕੀ ਹੋਇਆ ਸਿਮਰਨ ਰੋ ਕਾਹਤੋਂ ਰਹੀ ਆ ਤੂੰ ਹੋਇਆ ਕੀ ਆ ਦੱਸ ਤਾ ਤੂੰ ਰੋ ਕਾਹਤੋਂ ਰਹੀ ਆ ਮੇਰੀ ਗੱਲ ਦਾ ਗੁੱਸਾ ਕਰ ਗਈ ਇਸਦਾ ਮੈਂ ਪਾਣੀ ਲੈ ਕੇ ਆਉਣਾ ਤੇਰੇ ਵਾਸਤੇ ਠੀਕ ਆ ਸਿਮਰਨ ਪਲੀਜ਼ ਯਾਰ ਰੋਇਆ ਨਾ ਕਰ ਜਦੋਂ ਤੂੰ ਰੋਨੀ ਆ ਨਾ ਮੇਰੀ ਜਾਨ ਨਿਕਲ ਜਾਂਦੀ ਆ ਪਲੀਜ਼ ਤੂੰ ਕੁਛ ਤਾਂ ਬੋਲ ਸਿਮਰਨ ਕੁਛ ਤਾਂ ਬੋਲ ਠੀਕ ਆ ਤੂੰ ਹਾਂ ਠੀਕ ਆ ਕੀ ਹੋਇਆ ਤੂੰ ਰੋ ਕਾਹਤੋਂ ਰਹੀ ਸੀ ਉਹ ਕੁਝ ਨਹੀਂ ਮੈਨੂੰ ਬੇਬੇ ਦੀ ਯਾਦ ਆ ਗਈ ਸੀ ਮੇਰੀ ਤਾਂ ਜਾਨ ਹੀ ਨਿਕਲ ਗਈ ਮਾਂ ਪਤਾ ਨਹੀਂ ਕੀ ਹੋ ਗਿਆ ਕੋਈ ਨਾ ਬੇਬੇ ਨਾ ਵੀ ਆਪਾਂ ਕੱਲੂ ਪੱਕ ਚੱਲਦੇ ਹਾਂ ਚੱਲ ਐਂ ਕਰ ਤੂੰ ਇੱਥੇ ਬੈਠ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੈ ਕੇ ਆਈ ਠੀਕ ਆ ਮੈਂ ਚੱਲਿਆ ਸੀ ਠੀਕ ਆ ਅੱਛਾ ਚੱਲੇ ਤੋ ਹੋ ਹਾਂ ਕੱਪੜੇ ਪਾ ਜਾਂਦੇ ਪ੍ਰੈਸ ਕੀਤੇ ਹੋਏ ਆ ਉਹ ਇਹਨਾਂ ਨੂੰ ਕੀ ਹੋਇਆ ਇਹ ਵੀ ਪ੍ਰੈਸ ਕੀਤੇ ਹੋਏ ਆ ਆ ਕਰ ਲੈ ਨਹੀਂ ਲੱਗਦੇ ਆ ਪਾ ਜਾ ਅੱਛਾ ਤੂੰ ਪ੍ਰੈਸ ਕੀਤੇ ਆ ਗੈਰੀ ਮੈਨੂੰ ਮਾਫ ਕਰ ਦੇ ਮੈਂ ਤੇਰੇ ਨਾਲ ਨਾ ਮਿਸਬਿਹੇਵ ਕੀਤਾ ਉਹ ਨਹੀਂ ਸਿਮਰਨ ਇਹਦੇ ਵਿੱਚ ਤੇਰੀ ਕੋਈ ਗਲਤੀ ਨਹੀਂ ਹੈਗੀ ਇਨਸਾਨ ਨੂੰ ਸਮਝਣ ਲਈ ਟਾਈਮ ਤਾਂ ਚਾਹੀਦਾ ਹਾਂਜੀ ਅਤੇ ਆਪਣੀ ਵੀਡੀਓ ਕਿਵੇਂ ਲੱਗੀ ਰਿਵਿਊ ਜ਼ਰੂਰ ਦਈਓ ਅਤੇ ਆਪਣੇ ਨਵੇਂ ਨਵੇਂ ਕਨਸੈਪਟ ਆਉਂਦੇ ਰਹਿਣਗੇ ਲਵ ਸਟੋਰੀ ਕ੍ਰਾਈਮ ਅਤੇ ਹੋਰ ਤਰ੍ਹਾਂ ਦੇ ਵੀ ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਹਰੇਕ ਸੋਮਵਾਰ ਸਵੇਰੇ 9 ਵਜੇ ਵੀਡੀਓ ਆਇਆ ਕਰੂਗੀ ਅਤੇ ਆਪਦੇ ਆਪਦਾ ਰਿਵਿਊ ਜ਼ਰੂਰ ਦਿਓ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਿਆ ਚਾਹੇ ਕਮੈਂਟ 2 ਕਰੋ ਚਾਹੇ 4 ਕਰੋ ਤੁਹਾਡੀ ਇੱਛਾ ਬਾਕੀ ਖਿੱਚ ਕੇ ਕੰਮ ਲਾਈਕ ਕਰੋ ਜਾਂ ਨਾ ਕਰੋ ਤੁਹਾਡੀ ਇੱਛਾ ਪਰ ਦੇਖ ਲਈਓ